ਹੈਲੋ ਐਂਡ ਵੈਲਕਮ ਟੂ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਲੱਕੀ ਨੂੰ ਜਾ ਕੇ ਅੱਜ ਟੈਕ ਦਿਖਾਉਂਦੇ ਆ ਕਿੰਨਾ ਤਗੜਾ ਬਣਾਇਆ ਸੀ ਖੁੱਲੀ ਹੈ ਤੇਰੇ ਬਾਰੀ ਖੁੱਲੀ ਹੈ ਯਾਰ ਸਾਨੂੰ ਲਾਉਣੀ ਨਹੀਂ ਆਉਂਦੀ ਪਰ ਬਹਿਣਾ ਹੀ ਨਹੀਂ ਆਉਂਦਾ ਉਤਾਰ ਕੇ ਸਾਨੂੰ ਨੱਟ ਜੇ ਲੈ ਕੇ ਆਉਂਦੇ ਆ ਬਕਸਾ ਕਰ ਸਾਨੂੰ ਤੁਹਾਨੂੰ ਦੱਸਿਆ ਸੀ ਕਿ ਕੱਲ ਰਹਿ ਗਏ ਸੀ ਤੇ ਅੱਜ ਕਰਾਂਗੇ ਤੇ ਅੱਜ ਮੈਂ ਇੱਕ ਨਾ ਡਿਜ਼ਾਈਨ ਜਿਹਾ ਵੀ ਸੋਚਿਆ ਵਾ ਤੇ ਉਹਦੇ ਬਾਰਡਰ ਜੇ ਲਾ ਕੇ ਆਪਾਂ ਪੇਟੀ ਦੇ ਤੇ ਡਿਜ਼ਾਈਨ ਦਾ ਵੀ ਦੇਖਦੇ ਕੀ ਬਣਦਾ ਠੀਕ ਹੈ ਸੋ ਉਹ ਵੀ ਕਰਾਂਗੇ ਕੰਮ ਤੇ ਕਿਰਾਂ ਯਾਰ ਕਸਾ ਨਾਲ ਅੱਜ ਗਾਰਡਮੈਂਟ ਲੱਭ ਲਈਏ ਵੈਲਡ ਕਰਾਉਣ ਦੀ ਲੋੜ ਹੈ ਪਹਿਲੇ ਸੱਲ ਕੱਢ ਲਾ ਤੇ ਜੇ ਕੱਲ ਨੂੰ ਉਹ ਕੰਨ ਜੇ ਕਿਸਨੇ ਫਿਰ ਸਪੀਕਰ ਖੋਲ ਕੇ ਨਟ ਕਾਹ ਦਾਂਗੇ ਹਨਾ ਸੱਲ ਕੜਾ ਲਈਏ ਗੱਲੇ ਨਾਲੇ ਪਾਉਣੇ ਸੌਖੇ ਹਨਾ ਕਈ ਵਾਰੀ ਗਾਂ ਪਛਾਣ ਹੁੰਦਾ ਚਲੋ ਬਈ ਪਹਿਲੇ ਸੱਲ ਕਢਾਉਣੇ ਆ ਪੱਤੀਆਂ ਦੇ ਵਿੱਚ ਲੱਕੀ ਕਹਿੰਦੇ ਮੇਰੇ ਵੀਰੋ ਲਾਈਟਾਂ ਲਾਈ ਜਾਂਦਾ ਲੱਕੀ ਯੈਲੋ ਜੀਆਂ ਕਿੰਨੀਆਂ ਕਲੋਣੀਆਂ ਇਹ ਥੱਲੇ ਮਿਕਸ ਕਰਨਗਾ ਇਹ ਮੈਨੂੰ ਤਾਂ ਲੋੜ ਨਹੀਂ ਯਾਰ ਥੱਲੇ ਮਿਕਸ ਕਰਨ ਦੀ ਜ਼ਿਆਦਾ ਫਲੈਚਰ ਲਾ ਕੇ ਡਬਲ ਤਾਰ ਪਾ ਦਈਏ ਬਾਕੀ ਇਹਦੇ ਨਾਲ ਲੱਗੇ ਪਏ ਆ ਮੁੰਡਿਓ ਫਿਰ ਆਪਾਂ ਆਪਦਾ ਡਿਜ਼ਾਇਨਿੰਗ ਵੀ ਸ਼ੁਰੂ ਕਰਨੀ ਉਹਦੀ ਬਕਸੇ ਦੀ ਚਾਚਾ ਡਿਜ਼ਾਇਨ ਤੈਨੂੰ ਆ ਗਿਆ ਸਮਝ ਪੂਰਾ ਸਿਰ ਆ ਗਿਆ ਇਸ ਚਾਚੇ ਦਾ ਥੋੜ੍ਹੇ ਸਿਹਤ ਅੱਜ ਡਾਊਨ ਆ ਕਿਉਂਕਿ ਤੜਕੇ ਦਾ ਲੱਗਾ ਪਿਆ ਸਫਾਈਆਂ ਤੇ ਦੀਵਾਲੀ ਦੀਆਂ ਸਫਾਈਆਂ ਲਹੂ ਪੀ ਲੈਂਦੀ ਨਾ ਦੀਵਾਲੀ ਵੀ ਆ ਕੇ ਤੇ ਡਿਜ਼ਾਇਨ ਗਾਇਸ ਪੂਰਾ ਤਕੜਾ ਬਣਨਾ ਵਾ ਤੇ ਉਹੀ ਉਹੀ ਦਿਮਾਗ ਜਿਹਾ ਲਾ ਰਹੇ ਹਾਂ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਜਿਹਾ ਦਿਖਾਉਂਦੇ ਹਾਂ ਤੁਹਾਨੂੰ ਬਣਾ ਕੇ ਖੋਲਤੇ ਇਹਨਾਂ 'ਚ ਓਵਲ ਓਵਲ ਹੁਣ ਤਾਂ ਖੋਲਿਆ ਹੁਣ ਨਾ ਸਾਰਾ ਇਹਦਾ ਕੰਮ ਕਰ ਲਈਏ ਇਹਦਾ ਬੋਰਡਰ ਬੂਡਰ ਲਾ ਦਈਏ ਠੀਕ ਹੈ ਬੋਰਡਰ ਲਾਉਣ ਤੋਂ ਬਾਅਦ ਇਹਦਾ ਜੋ ਡਿਜ਼ਾਇਨਿੰਗ ਟਿਊਨਿੰਗ ਵਾਲਾ ਕੰਮ ਆ ਉਹ ਸਾਰਾ ਕਰਾਂਗੇ ਠੀਕ ਹੈ ਲੈਣਾ ਆ ਕਾਲਾ ਸਮੇਕਾਂ ਲੈਣਾ ਬਾਈ ਆਹ ਕਿਹੜੀ ਜਾਲੀ ਲਈ ਉਹ ਇੱਕੋ ਜਿਹੀ ਕੋਈ ਆ ਭਰਾਵਾ ਆਹ ਵੀ ਦੇਖ ਆਹ ਬਰੀਕ ਚ ਰਾਤ ਹੋ ਗਈ ਤੇ ਪਰ ਬਈ ਸਮਾਨ ਸਮੂਹ ਸਾਰਾ ਲਿਆਂਦਾ ਅੱਜ ਰਾਤ ਨੂੰ ਹੀ ਝੁੱਟੀ ਲਾਉਣੀ ਪੈਣੀ ਹੈ ਤੇ ਲੱਕੀ ਔਖਾ ਚਾਚਾ ਸੁੱਤਾ ਪਿਆ ਸੌਂ ਗਿਆ ਚਾਚਾ ਥੱਲੇ ਚਾਨਣ ਵੇਖ ਕਿੰਨਾ ਉਹ ਮਾਂ ਮੈਨੂੰ ਤਾਂ ਮੈਂ ਫੋਨ ਚ ਹੀ ਵੇਖਦਾ ਰਹਿ ਗਿਆ ਕੋਈ ਨਾ ਕੋਈ ਨਾ ਕੋਈ ਨਾ ਡਾਇਨਾਸੌਰ ਪਿੱਛੋਂ ਜੇ ਆਪਣੇ ਆਹ ਕਿਵੇਂ ਲੱਗਦਾ ਲੱਕੀ ਲਾਈਟਿੰਗ ਵੱਲੋਂ ਸਹੀ ਹੈ ਨਾ ਫਲੈਸ਼ਰ ਨਾਲ ਸੋਹਣੀਆਂ ਲੱਗਦੀਆਂ ਥੱਲੇ ਮੇਰੀਆਂ ਡਬਲ ਕਰਕੇ ਲਾਈਆਂ ਹੋਈਆਂ ਦੇਖ ਇੱਕ ਵਾਈਟ ਆ ਇੱਕ ਬਲੂ ਆ ਇਹ ਤੈਨੂੰ ਫਲੈਸ਼ਰ 'ਚ ਸਲੋ ਕਰਕੇ ਦਿਖਾਉਂਦਾ ਕਿੱਧਰ ਗਈ ਡੱਬੀ ਜੀ ਦੇਖ ਜੇ ਵਾਈਟ ਜਾਗਦੀ ਆ ਤਾਂ ਬਲੂ ਨਹੀਂ ਜਾਗਦੀ ਐਂ ਜੇ ਕੀਤਾ ਵਾ ਇੱਧਰ ਵੀ ਦੇਖ ਕੋਂਬੀਨੇਸ਼ਨ ਜਾ ਕਰ ਦਾਂਗੇ ਤੇਰੇ ਵੀ ਸੱਜਣਾ ਕੋਈ ਚੱਕਰ ਨਹੀਂ ਟੈਨਸ਼ਨ ਹੀ ਕੋਈ ਨਹੀਂ ਤੈਨੂੰ ਵੀ ਜਗਾ ਦਾਂਗੇ ਤੂੰ ਲੱਕੀ ਨੂੰ ਵੀ ਕਰਦਾ ਇਹ ਇੱਕ ਵਾਰੀ ਆਪਣਾ ਜਗਾੜਮੈਂਟ ਦੇਖ ਲਈਏ ਕੀ ਬਣਦਾ ਇੱਥੇ ਸਹੀ ਸੀਗਾ ਕਿ ਆਲੀ ਜਾਲੀ ਜਿਹੜੀ ਆਪਾਂ ਲਿਆਂਦੀ ਆ ਠੀਕ ਆ ਇਹਦੇ ਨਾਲ ਆਪਾਂ ਡਿਜ਼ਾਇਨ ਪਾਉਣੇ ਆ ਥੋੜ੍ਹੀ ਵੱਧ ਹੀ ਲੈ ਕੇ ਆਇਆ ਮੈਂ ਇਹ ਅਤੇ ਬਈ ਦੇਖ ਜਾਵੇ ਪੂਰਾ ਸਿਰਾ ਬਣਾਵਾਂਗੇ ਡਿਜ਼ਾਇਨ ਡਿਊਨ ਆਪਾਂ ਘੈਂਟ ਕਰਾਂਗੇ ਕੰਮ ਅਤੇ ਬਸ ਚਾਚਾ ਕਹਿੰਦੇ ਤਿਆਰ ਵਾਰ ਹੋ ਰਿਹਾ ਵਾ ਕਹਿੰਦਾ ਮੈਂ ਬਸ ਆ ਗਿਆ 2 ਮਿੰਟ ਇਹ ਕਰਦੇ ਕੰਮ ਸਟਾਰਟ ਕੰਮ ਕਰਤਾ ਸ਼ੁਰੂ ਅਤੇ ਸੂਰਜ ਆਪਣਾ ਸਪੈਸ਼ਲੀ ਫੇਰ ਚੜਾ ਲਿਆ ਆਉਂਦਾ ਚਾਚਾ ਸਮਾਨ ਲੈਣ ਗਿਆ ਕਟਰ ਕੁਟਰ ਚੱਕ ਲਿਆਂਦਾ ਅਤੇ ਇਹਨੂੰ ਵੱਢ ਕੇ ਆਪਾਂ ਬੋਰਡਰ ਬਣਾਉਣਾ ਵਾ ਠੀਕ ਹੈ ਸੋ ਇਹ ਆਪਣੇ ਕੋਲ ਵਾਧੂ ਹੀ ਪਿਆ ਹੁੰਦਾ ਸਮਾਨ ਨਾ ਆਪਣੇ ਘਰੇ ਬਈ ਵਾਧੂ ਐਂ ਹੁੰਦਾ ਫਿਰ ਨਵੀਂ ਚੀਜ਼ ਲਿਆ ਕੇ ਕੀ ਪਤਾ ਜਿਹੜਾ ਨਵਾਂ ਆਪਾਂ ਨੂੰ ਚਾਹੀਦਾ ਸੀ ਬੋਰਡ ਉਹ ਆਪਾਂ ਲਿਆਂਦਾ ਸੀ ਪਰ ਹੁਣ ਆਪਣਾ ਸਰਦਾ ਵਾ ਨਾ ਜਿਵੇਂ ਹੁਣ ਤੁਹਾਨੂੰ ਮੇਕਾ ਨਵਾਂ ਲਿਆਂਦਾ ਜਾਲੀ ਜਿੱਥੇ ਸਰਦਾ ਉੱਥੇ ਸਾਰ ਲਈਦਾ ਸੋ ਇਹਦੇ ਵਿੱਚ ਮੇਖਾਂ ਵਾ ਥੋੜ੍ਹੀ ਬਚਾ ਕੇ ਠੀਕ ਆ ਇਹਨੂੰ 1.5 ਇੰਚੀ ਵੱਢ ਕੇ ਅਤੇ 1.5 ਇੰਚੀ ਪੇਟੀ ਦੇ ਸਾਈਡਾਂ 'ਤੇ ਘੁਮਾਉਣਾ ਠੀਕ ਹੈ ਆ ਗਿਆ ਕਹਿੰਦੇ ਮੇਰੇ ਵੀਰੇ ਕੌਣ ਆ ਗਿਆ ਨੋ ਪੰਪ ਨਹੀਂ ਨਹੀਂ ਪੰਪ ਦੀ ਨਹੀਂ ਗੱਲ ਉਹ ਕਿਹੜਾ ਮਿਊਜ਼ਿਕ ਜਿਹਾ ਵੱਜ ਦਿੰਦਾ ਗਰਾਊਂਡ 'ਚ ਐਂਟਰੀ ਸ਼ਕਤੀਮਾਨ ਦੀ ਜਿਵੇਂ ਜਗੌਲ ਦੀ ਜੈ ਕਾਲ ਦੀ ਹੁੰਦੀ ਸੀ ਗਾਇਸ ਚੱਕੋ ਸਿਰ ਮੇਕਾ ਕੱਟ ਲਿਆ ਚਾਚਾ ਗੋਲਡਨ ਟੱਚ ਘੈਂਟ ਲਾ ਦੇਣਾ ਇਹ 'ਚ ਜਿਹੜਾ ਟੱਚ ਹੈਗਾ ਕਹਿੰਦਾ ਚੈੱਕ ਦੋ ਹਟੇ ਚੈੱਕ ਬਾਈ ਕੀ ਹੋ ਗਿਆ ਪੂਰਾ ਪੂਰਾ ਆ ਗਿਆ ਕਟਾਉਣਾ ਸੀ ਕਿ ਵਧਾਉਣਾ ਸੀ ਚੱਪਲਾਂ ਲੈ ਕੇ ਲੰਘਦੇ ਅਲਾਰਮ ਵੱਜ ਜਾਂਦਾ ਫਿਰ ਮੈਂ ਦਿਖਾਉਂਦਾ ਇੱਕ ਅਲਾਰਮ
ਹੁਣ ਮੇਰੇ ਚੱਪਲਾਂ ਪਾਈਆਂ ਜੇ ਚੱਪਲਾਂ ਇੱਥੇ ਪੱਥਰ ਤੇ ਰੱਖੀਆਂ ਵੱਜਿਆ ਨਹੀਂ ਵੀਡੀਓ ਕਰਕੇ ਨਹੀਂ ਵੱਜਿਆ ਗਾਈਸ ਕੈਮਰਾ ਡਿਟੈਕਟ ਕਰ ਲਿਆ ਨਹੀਂ ਉਹਦੇ ਹੀ ਅਲਾਰਮ ਵੱਜ ਜਾਂਦਾ ਤਗੜਾ ਬੜਾ ਤਗੜਾ ਸਿਸਟਮ ਲਾਦਾ ਚਾਚਾ ਘਰੇ ਯਾਰ ਕਹਿੰਦੇ ਮੇਰੇ ਵੀਰੇ ਮੂਹਰਲੀ ਸਾਈਡ ਤਾਂ ਹੋ ਗਈ ਸਿਰਾ ਹਨਾ ਚਾਚਾ ਗਲਾਈਆਂ ਜਿਹੀਆਂ ਰਹਿ ਗਈਆਂ ਗਲੀਆਂ ਫਰੇਮ ਬਣ ਗਿਆ ਤੇ ਜਾਲੀ ਜੁਲੀ ਲਾਉਣ ਵਾਲਾ ਪੂਰਾ ਤਗੜਾ ਪ੍ਰੋਜੈਕਟ ਹੋ ਗਿਆ ਚਾਚਾ ਸਪੀਕਰਾਂ ਨੂੰ ਮੋਰੇ ਕਿੱਥੇ ਆ ਆਰਡਰ ਚਾਚਾ ਬਹੁਤ ਆਉਣੇ ਆਪਾਂ ਨੂੰ ਬਣਾਉਣ ਦੇ ਹੁਣ ਪੇਟੀਆਂ ਭਾਈ ਬਣਾ ਹੀ ਨਹੀਂ ਸਿਰਾ ਦੇਣੀ ਆ ਬਸ ਠੀਕ ਆ ਫੇਰ ਗੱਲ ਕਰੀ ਠੀਕ ਆ ਲੀਕ ਦੀ ਨਿਸ਼ਾਨ ਸਨਮੇਕਾ ਲਾਤਾ ਵਾ ਠੀਕ ਆ ਸਾਈਡਾਂ ਰਹਿ ਗਈਆਂ ਸਾਈਡਾਂ ਸੁਬਹ ਲਾਵਾਂਗੇ ਹੁਣ ਤਰੇਲ ਜੀ ਪੈਣ ਲੱਗ ਗਈ ਸਨਮੇਕਾ ਹੁੰਦਾ ਗਿੱਲਾ ਜੇ ਕੱਟ ਕੇ ਰੱਖਦੇ ਆ ਹਨਾ ਚਾਚਾ ਤਰੇਲ ਜੀ ਬੜਾ ਨੁਕਸ ਆ ਇਹ ਵੀ ਸੋ ਇਹ ਕੰਮ ਆਪਣਾ ਪੂਰੇ ਜੋਰਾਂ ਸ਼ੋਰਾਂ ਤੇ ਚੱਲਦਾ ਪਿਆ ਤੇ ਫਰੇਮ ਬਣ ਗਿਆ ਮਗਰ ਲਾ ਆਹ ਗੋਲ ਸੁਬਹ ਕਰ ਦੇਣੇ ਇੱਥੋਂ ਆਏ ਠੀਕ ਹੈ ਤੇ ਪੂਰਾ ਸਿਰਾ ਲੱਗਣ ਲੱਗ ਜੂ ਜਾਲੀ ਦਾ ਦੇਖ ਰਿਹਾ ਗਾਈਸ ਜਾਲੀ ਕਿਵੇਂ ਲਾਉਣੀ ਹੈ ਤੇ ਉਤਲਾ ਡਿਜ਼ਾਈਨ ਅਕ੍ਰੈਲਿਕ ਦਾ ਬਣਾ ਕੇ ਲਾਈਏ ਫਰੰਟ ਸਾਈਡ ਤੇ ਮਗਰ ਤਾਂ ਅਕ੍ਰੈਲਿਕ ਦਾ ਬਣਾ ਦਾਂਗੇ ਤੇ ਜਾਂ ਫਿਰ ਪਲਾਈ ਤੇ ਜੇ ਤਾਂ ਅਕ੍ਰੈਲਿਕ ਦਾ ਲਾਉਣਾ ਵਾ ਉਹ ਦੱਸ ਦੀ ਜੇ ਤੂੰ ਦੂਜਾ ਲਾਉਣਾ ਵਾ ਫਿਰ ਉਹ ਦੱਸ ਦੀ ਕਿਉਂਕਿ ਨਹੀਂ ਫਿਰ ਆਪਾਂ ਨੂੰ ਥੋੜਾ ਜਿਹਾ ਜਿਵੇਂ ਆਹ ਸਾਈਡ ਆ ਨਾ ਸਨਮੇਕੇ ਦੀ ਮਾੜੀ ਮਾੜੀ ਵਧਾ ਦਿਆਂਗੇ ਪੁੱਛ ਕਿਉਂ ਜਿਹੜੀ ਆ ਪਲਾਈ ਇਹਦੇ ਤੇ ਜਾਲੀ ਲੱਗਣੀ ਆ ਮੁੜ ਕੇ ਟੱਕਣੀ ਤੇ ਉਹ ਸੁਬਹਾ ਕਰਦੇ ਰਹੇ ਮਾੜਾ ਜਿਹਾ ਰਹਿ ਆਪਦੀ ਦਿਮਾਗ ਨਾਲ ਮੈਂ ਰਾਤ ਨੂੰ ਪੈ ਕੇ ਕਰੂੰਗਾ ਗਾਈਸ ਕੇ ਨਾ ਅੱਜ ਦਾ ਕੰਮ ਇੱਥੇ ਰੋਕਦੇ ਆ ਠੀਕ ਹੈ ਕੱਲ ਨੂੰ ਕਰਦੇ ਬਾਕੀ ਇਹਦਾ ਤੁਹਾਨੂੰ ਪਤਾ ਰਾਤ ਰੋਕਤਾ ਸੀ ਤੇ ਯਾਰ ਪਤਾ ਨਹੀਂ ਕੀ ਹੋ ਗਿਆ ਅੱਖ ਚੋਂ ਪਾਣੀ ਜਿਹਾ ਹੀ ਨਿਕਲੀ ਜਾਂਦਾ ਚਾਚਾ ਕਰੀਏ ਕੰਮ ਸ਼ੁਰੂ ਕਰਦੇ ਆ ਕਹਿੰਦਾ ਚਾਚਾ ਕਹਿੰਦਾ ਕਰਦੇ ਆ 12 ਵਜੇ ਤੋਂ ਪਹਿਲਾਂ ਆਪਾਂ ਨਿਬੇੜਨਾ 12 ਵਜੇ ਤੋਂ ਪਹਿਲਾਂ ਨਿਬੇੜ ਕੇ ਵੀਡੀਓ ਆਪਾਂ ਗਾਈਸ ਪਾਉਣੀ ਆ ਜਿਹੜੀ ਤੁਸੀਂ ਅੱਜ ਵੇਖ ਰਹੇ ਆ ਅੱਜ ਹੀ ਕੰਮ ਹੋ ਰਿਹਾ ਵਾ ਬੜਾ ਤਕੜਾ ਪ੍ਰੋਜੈਕਟ ਆ ਸਾਡਾ ਚਾਚਾ ਡਿਜ਼ਾਈਨ ਵਾਵਾ ਬਣਾ ਲਿਆ ਹਨਾ ਆਪਾਂ ਗਾਈਸ ਵਾਵਾ ਡਿਜ਼ਾਈਨ ਬਣਾ ਬਣਾ ਕੇ ਦੇਖ ਲੈ ਫਾਈਨਲ ਕਰ ਲਿਆ ਇੱਕ ਤੇ ਉਹ ਵੀ ਬਣਾਵਾਂਗੇ ਕੋਈ ਨਾ ਤੇ ਕੇਰਾ ਅੱਜ ਬਕਸਾ ਪੂਰਾ ਹੋ ਜਾਵੇ ਬਸ ਇੰਨੀ ਕੁ ਉਮੀਦ ਰੱਖ ਲਈਏ ਆਪਾਂ ਅੱਜ ਤਾਂ ਹੋ ਜਾਊਗਾ ਅੱਜ ਹੋ ਜਾਊਗਾ ਸਣੇ ਡਿਜ਼ਾਈਨ ਡਿਜ਼ਾਈਨ ਵਾਲੇ ਤਾਂ ਆਪਣਾ ਕੱਲ੍ਹ ਨੂੰ ਵਲੌਗ ਆਉਣਾ ਵਾ ਨਾਲੇ ਕਹਿੰਦਾ ਮੈਂ ਉੱਥੋਂ ਬਣਵਾਉਣਾ ਡਿਜ਼ਾਈਨ ਉਹ ਯਾਰ ਤਾਂ ਆਪਾਂ ਨੂੰ ਕੱਢਣਾ ਹੀ ਪੈਣਾ ਪਲਾਈ ਵਾਲਾ ਚਾਚਾ ਮੁੱਕ ਗਿਆ ਗਾਇਸ ਰੰਦਾ ਰੁੰਦਾ ਪੂਰਾ ਲਾਤਾ ਚਾਚਾ ਬੜਾ ਮੁਲਾਇਮ ਮੁਲਾਇਮ ਜਿਹਾ ਹੋ ਗਿਆ ਕੰਮ ਬਸ ਹੁਣ ਸਨਮੇਕਾ ਲਾਉਣਾ ਵਾ ਅੰਦਰ ਪਿਆ ਬੈੱਡ ਤੇ ਪਿਆ ਟੋਰ ਨਾ ਕਹਿੰਦਾ ਰੁਕ ਜਾਓ ਕਹਿੰਦਾ ਬਾਅਦ 'ਚ ਲਾਇਓ ਮੈਨੂੰ ਕਿਹੜਾ ਰੈਸਟ ਕਰਨ ਦਿਓ ਸੋ ਸਾਰਾ ਕੰਮ ਮੂਹਰੋਂ ਵੀ ਬਲੈਕ ਬਲੈਕ ਘੈਂਟ ਲੱਗਦਾ ਵਾ ਦੇਖੋ ਰੇਡੇ ਬਸ ਇਹ ਚੱਕ ਦੀਏ ਫੱਟੇ ਹੁਣ ਫਿਰ ਕੱਸਦੇ ਆ ਪੇਟੀ ਗਲਾਈ ਜੀ ਨੇ ਬਹੁਤ ਲਹੂ ਪਿਆ ਜਿਹੜਾ ਆਹ ਜਿਹੜੀ ਗਲਾਈ ਜੀ ਪਾਈ ਹੈ ਨਾ ਮਗਰ ਡਿਜ਼ਾਈਨਾਂ ਦੇ ਵਿੱਚ ਵੀ ਗਲਾਈ ਜਿਉਂ ਲੱਗੇ ਰੰਦਾ ਮਾਰਨ ਘਸਾ ਘਸਾ ਜਿਹੜਾ ਚਾਚਾ ਜ਼ਿਆਦਾ ਤਾਂ ਜ਼ਿਆਦਾ ਟਾਈਮ ਇਹਨਾਂ ਨੇ ਖਾਧਾ ਨਾ ਉਨੇ ਟਾਈਮ 'ਚ ਸਾਰੀ ਪੇਟੀ ਬੰਦ ਜਿੰਨੇ ਟਾਈਮ 'ਚ ਗਲਾਈ ਵਾਲਾ ਕੰਮ ਹੁੰਦਾ ਵਾ ਜੇ ਚੌਰਸ ਬਣਾਉਣੀ ਹੁੰਦੀ ਆ ਉਹਨੂੰ ਅਸੀਂ ਟੰਗ ਦੇਣੀ ਸੀਗੀ ਬਸ ਇਹੀ ਕਰਕੇ ਸੋ ਹੌਲੀ ਹੌਲੀ ਲੱਗੇ ਪਏ ਹਾਂ ਅਤੇ ਕੰਮ ਤਾਂ ਚੱਲੀ ਜਾਂਦਾ ਮੁੰਡੇ ਜ਼ੋਰਾਂ ਸ਼ੋਰਾਂ 'ਤੇ ਪਰ ਟਾਈਮ ਬਹੁਤ ਜ਼ਿਆਦਾ ਲੈ ਰਿਹਾ ਵਾ ਹੌਲੀ ਹੌਲੀ ਕਰਕੇ ਕ੍ਰੀਏਟੀਵਿਟੀ ਵਾਲਾ ਕੰਮ ਹੈ ਤੁਹਾਨੂੰ ਪਤਾ ਮਿਸਤਰੀ ਸਾਹਿਬ ਦੀ ਕ੍ਰੀਏਟੀਵਿਟੀ ਵਿਦ ਮਾਈ ਗਾਈਡ ਲੜਾਈ ਜਾਂਦਾ ਚਾਚਾ ਵੀਡੀਓ ਅਖੀਰਲੀ ਸ਼ੀਟ ਹੈ ਆਹ ਤਿੰਨ ਕੱਟ ਲਈਆਂ ਠੀਕ ਹੈ ਡਿਜ਼ਾਈਨ ਵੇਖੋ ਗਾਈਸ ਆਹ ਐਂ ਚਮਕਦਾ ਵਾ ਵਿੱਚੋਂ ਸ਼ੀਸ਼ੇ ਵਾਂਗੂ ਮੂੰਹ ਦੇਖੂਗਾ ਪੂਰਾ ਅਤੇ ਲਿਫਾਫਾ ਲੱਗਿਆ ਹੋਇਆ ਉੱਤੇ ਅਤੇ ਉੱਧਰ ਲੱਕੀ ਵੀ ਆ ਗਿਆ ਪਤਾ ਨਹੀਂ ਕੀ ਕਰੀ ਜਾਂਦਾ ਪਤਾ ਨਹੀਂ ਕੀ ਸੱਪ ਕੱਢੀ ਜਾਂਦਾ ਵਾ ਚਾਚਾ ਬਸ ਨਿਬੜ 'ਚ ਲੈਣਾ ਕੰਮ ਹੁਣ ਤਾਂ ਹਾਥੀ ਲੰਘ ਗਿਆ ਪੂਛ ਰਹਿ ਗਈ ਹੈਨਾ ਹਜੇ ਤਾਂ ਹਾਥੀ ਦੇ ਪੈਰ ਵੀ ਨਹੀਂ ਆਏ ਚਾਚਾ ਹਜੇ ਤਾਂ ਗਾਣਾ ਵੀ ਨਹੀਂ ਸੁਣਿਆ ਸੀ ਇੱਕ ਕੱਸ ਕੇ ਉਨਾ ਟਾਈਮ ਸੰਤੁਸ਼ਟੀ ਜੀ ਨਹੀਂ ਹੁੰਦੀ ਹੈ ਨਾ ਜਿੰਨਾ ਟਾਈਮ ਉੱਤੇ ਨਹੀਂ ਕਸਿਆ ਜਾਂਦਾ ਕੇਰਾਂ ਦਾ ਗਾਈਸ ਆਈ ਹੱਥ ਤਿਲਕਦਾ ਉੱਤੇ ਐਂ ਜਾਂਦਾ ਪਾਣੀ ਵਾਂਗੂ ਭੱਜਿਆ ਅਤੇ ਸਨਮੇਕਾ ਲਾ ਕੇ ਤਾਂ ਹੋਰ ਵੀ ਮਤਲਬ ਸਮੂਦ ਹੋ ਜੂਗਾ ਕੰਮ ਅਤੇ ਆ ਇੱਥੋਂ ਹੁਣ ਹੀ ਗੰਦਾ ਜਿਹਾ ਲੱਗਦਾ ਜਦੋਂ ਇਹਦਾ ਲਿਫਾਫਾ ਜਿਹਾ ਲੱਗਦਾ ਸਾਫ਼ ਸੂਫ ਕਰਕੇ ਫਿਰ ਦੇਖਿਓ ਕਿੰਨਾ ਘੈਂਟ ਲੱਗਦਾ ਅਤੇ ਉੱਧਰ ਲੱਕੀ ਕੀ ਕਰੀ ਜਾਂਦਾ ਦੇਖ ਕੇ ਆਉਂਦੇ ਹਾਂ ਮਾੜੀ ਜਿਹੀ ਝਾਤੀ ਮਾਰ ਕੇ ਆਉਂਦੇ ਹਾਂ ਚੱਲਦੇ ਹੈ ਕਹਿੰਦਾ ਤਾਰਾਂ ਤੂਰਾਂ ਲਾ ਜਿਹਾ ਲੱਗਦਾ ਲਾਈਟਾਂ ਲੂਟਾਂ ਦਾ ਕੰਮ ਕਰਤਾ ਕੰਪਲੀਟ
ਚੱਕਤੇ ਫੱਟੇ ਮੁੰਡੇ ਨੇ ਆਉ ਵੇ ਰੰਗ ਕਰਾ ਲਾਂਗੇ ਉਹ ਤਾਂ ਸੈੱਟ ਹੋ ਜੂਗੀ ਰੰਗ ਹੋ ਗਿਆ ਤਾਂ ਕੋਈ ਚੱਕਰ ਰਹਿਣ ਦੋ ਮੈਂ ਆਪਦੀ ਆਪੇ ਲੈ ਖਰੀਦ ਲੂੰਗਾ ਯਾਰ ਹੈ ਮੇਰੇ ਕੋਲੇ ਪੈਸਾ 15000 ਦੀ ਮੈਂ ਕੀ ਕਰਨਾ 15000 ਦੀ चाचा पहला की हो गया डायनासोर नू तौड़ च कीड़े पै गए केड़े आले ते परले ते पए सी ना नाले पट्टे नहीं जांदे डायनासोर इहदे भी नौ कटनी ना किसी ने नौ कटते यार ए जगदा कराउणा डायनासोर जगदा आ भी जगदा कराउणा चाचा मैं आ गया घंटे घंटे काम शुरू कर दिया देख देगा कितों तक पहुंचे काम अपना काम कहिंदे मेरे वीर इन्ना कदा हो गया डेन डून जहा भी हो गया ठीक है सरमेक समूके कट के रखते हूँ अज आला ब्लॉग के आप एंड करा तो इन्ना जगाड़मेंट हो गया तो गाइस आज दे व्लॉग दे विच इन्ना ही ते म्यूजिक सिस्टम दा काम कल तक पूरा डन हो जाऊगा ठीक है ते चला देंगे ते सिरा हो जाऊ काम पूरा ते हुण किरां घर नूं चलदे यार नहाउ के आउंदे आ बेसुरते जे हो के कोई फायदा नहीं गा ठीक है इत्थे कपड़े आणी सी नहाउ नूं ते इत्थे वी नहा लैणा सी लै डायनासोर कहिंदे गोबिंद मॉडल मेकर वाले पर इहदी छतरी खुर गई सी ओए सो गाइस चलदे आ चंगो फिर मिलदे आ तुहानूं कल नूं 2:30 बजे बाय मुंडे सर नीच गाउंदे मरना मंजूर आ बंदा मारने दा काम साडा दस्तूर आ गल करदा आ पूरी जेड़ी कह दवा पहली काम हौली हौली करा कर दाना अणे कैली मुंडा पट्टिया रगाने तेरी नोज पेन दा तेरा झूठे खादा लक मेरा सीना बैन दा हुण दे दे तू जवाब बोलदा नी मैं बोलदा नी मैं पेंडू जिहा मुंडा कोले मोगे गोलदा।